उसे सुन रहे हो चावला न्यूज नेटवर्क टोरंटो CNN टोरंटो। गीता साहब वेलकम, स्वागत है जी आनू, सत श्री अकाल। सत श्री अकाल सर। सत श्री अकाल सर, दर्शकों श्रोतियों नु धन्यवाद जी नाल जोड़न लई, शुक्रिया। की हाल चाल, तुहाडा ठीक हो? भगवंत मान चन्नी साहब आपस विच काफी उन्हां दी जिहड़ी आ कशमकश चल रही है, खिडारी सामने लै आंदा, खिडारी नूं झूठा करार दिता जा रहा, कई कुछ सामने आ रहा, पर सच की है उह तां सामने आ ही जाएगा चलो एक दिन। खबर है कि क्रिकेट कंट्रोल बोर्ड पाकिस्तान कोल पुजे इंटरनेशनल क्रिकेट काउंसलिंग दे प्रधान ग्रेग बर्कले ते सीईओ या इलेक्ट्रिक्स पाकिस्तान नूं पुछया कि उह 5 अक्तूबर वाले दिन भारत विच होण वाले मैच दे विच हिस्सा लैणगे, क्योंकि इह भी एक बड़ी वड्डी राजनीति हो रही है, की कहना चाहोगे? ਤਵਲਾ ਸਾਹਿਬ ਅਸਲ ਵਿੱਚ ਨਾ ਜਿਹੜਾ ਜਿਹੜਾ ਪਾਕਿਸਤਾਨ ਦਾ ਨਾ ਵਨਡੇ ਮੈਚ ਹੋਣਾ ਹੈਗਾ ਅਕਤੂਬਰ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦਾ, ਬੜਾ ਬੜਾ ਵੱਡੀ ਇਹ ਹੈਗੀ ਆ, ਕਾਫੀ ਲੰਬੇ ਸਮੇਂ ਬਾਅਦ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੋਣ ਜਾ ਰਿਹਾ, ਅਤੇ ਉਹ ਜਿਹੜਾ ਨਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਹੈ ਨਾ ਜੀ, ਉਹ ਅਸਲ ਵਿੱਚ ਇਸ ਗੱਲ 'ਤੇ ਬੜਾ ਚਿੰਤਾਜਨਕ ਹੈਗਾ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਠੀਕ ਨਹੀਂ ਹੈਗੇ, ਅਤੇ ਕਿਉਂਕਿ ਭਾਰਤ ਵਿੱਚ ਜਿਹੜੀ ਮੋਦੀ ਸਰਕਾਰ ਹੈਗੀ ਆ, ਭਾਜਪਾ ਸਰਕਾਰ ਹੈਗੀ ਆ, ਉਹ ਪਾਕਿਸਤਾਨ ਨੂੰ ਲਗਾਤਾਰ ਭੰਡਦੀ ਹੈ, ਅਤੇ ਪਾਕਿਸਤਾਨ ਵੱਲੋਂ ਵੀ ਕੋਈ ਚੰਗੀਆਂ ਹਵਾਵਾਂ ਨਹੀਂ ਆ ਰਹੀਆਂ, ਉੱਥੋਂ ਵੀ ਥੋੜ੍ਹੀਆਂ ਗਰਮ ਹਵਾਵਾਂ ਕਈ ਵਾਰੀ ਆਉਂਦੀਆਂ ਨੇ, ਜਿੱਦਾਂ ਕਿ ਉੱਧਰੋਂ ਨਸ਼ੇ ਵਗੈਰਾ ਸੁੱਟਣੇ, ਡਰੋਨ ਵਗੈਰਾ ਫੈਂਕਣੇ, ਹਥਿਆਰ ਵਗੈਰਾ ਭੇਜਣੇ, ਅੱਤਵਾਦੀ ਭੇਜਣੇ, ਨਿੱਤ ਦਿਨ ਜਿਵੇਂ ਕਿ ਜੰਮੂ ਕਸ਼ਮੀਰ ਵਿੱਚ ਕੁਝ ਨਾ ਕੁਝ ਹੋ ਹੀ ਜਾਂਦਾ। ਇਸ ਕਰਕੇ ਜਿਹੜਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਹੈ ਨਾ, ਉਹ ਚਿੰਤਾ ਵਿੱਚ ਹੈ ਵੀ ਅਸੀਂ ਡੇਟ ਤਾਂ ਰੱਖ ਲਈ ਆ, 5 ਅਕਤੂਬਰ ਦੀ ਤਰੀਕ ਰੱਖੀ ਆ ਅਸੀਂ ਭਾਰਤ ਵਿੱਚ ਹੋਣਾ ਮੈਚ, ਅਤੇ ਕੀ ਪਾਕਿਸਤਾਨ ਵਾਲੇ ਉੱਥੇ ਜਾਣ ਵਾਸਤੇ ਰਾਜ਼ੀ ਹੈਗੇ ਨੇ? ਇਹ ਗੱਲ ਪੁੱਛਣ ਵਾਸਤੇ ਵਿਸ਼ੇਸ਼ ਤੌਰ 'ਤੇ ਲਾਹੌਰ ਵਿੱਚ ਗਈ ਆ ਕ੍ਰਿਕਟ ਕੌਂਸਲ ਦੇ ਜਿਹੜੇ ਕਿ ਗ੍ਰੇਗ ਬਰਕਲੇ ਅਤੇ ਜਿਹੜਾ CEO ਹੈਗੇ ਨੇ ਇਹਨਾਂ ਦੇ ਸੰਸਥਾ ਦੇ, ਉਹ ਸਪੈਸ਼ਲ ਤੌਰ 'ਤੇ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਕੋਲ ਗਏ ਨੇ। ਇਹ ਹੁਣ ਦੇਖੋ ਨਾ ਕੰਟਰੋਲ ਬੋਰਡ ਦਾ ਕੀ ਰਸਤਾ ਹੁੰਦਾ, ਕੱਲ੍ਹ ਤਾਂ ਅਜੇ ਗੱਲ ਹੋਈ ਆ, ਮੀਟਿੰਗ ਅਜੇ ਹੋਣੀ ਆ ਉਹਨਾਂ ਨੂੰ, ਅਤੇ ਪਰ ਉਹ ਪੁੱਛਣਗੇ ਇਹੀ ਗੱਲ ਜਿਹੜੀ ਕਿ ਮੀਡੀਆ ਵਿੱਚ ਆਈ ਆ ਕਿ ਤੁਸੀਂ ਸੱਚੀ ਮੁੱਚੀ ਭਾਰਤ ਵਿੱਚ ਆਓਗੇ ਤਾਂ ਹੀ ਫਿਰ ਆਪਾਂ ਮੈਚ ਪੱਕਾ ਰੱਖੀਏ ਉੱਥੇ। ਇਹ 5 ਅਕਤੂਬਰ ਦਾ ਮਾਮਲਾ ਹੈ ਮੈਚ ਹੋਣ ਦਾ ਚਾਵਲਾ ਸਾਹਿਬ ਜੀ। 9058131320, 905-813-1320 'ਤੇ ਤੁਸੀਂ ਕਾਲ ਕਰ ਸਕਦੇ ਹੋ। ਅੱਜ ਦਾ ਦੋਸਤੋ ਜਿਹੜਾ ਆਰਟੀਕਲ ਹੈ ਉਹ ਅਖਬਾਰਾਂ ਬੋਲਦੀ ਸੈਗਮੈਂਟ ਦੇ ਵਿੱਚ ਚਲੰਤ ਮਾਮਲਿਆਂ ਨੂੰ ਲੈ ਕੇ ਜੋ ਅਸੀਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਦੇ ਹਾਂ, ਉਹਦੇ ਵਿੱਚ ਔਰਤ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਉਹ ਮਰਦ ਦੇ ਪਿੰਜਰੇ ਵਿੱਚ ਰਹਿਣ ਜੋਗੀ ਹੀ ਹੈ। ਕਿਉਂ ਲਿਖਣਾ ਪਿਆ? ਲੇਖਕ ਵੀ ਲੇਖਕ ਜਿਹੜੀ ਹੈ ਉਹ ਔਰਤ ਹੀ ਹੈ। ਇਸ ਟਾਈਟਲ ਦੇ ਅਧੀਨ ਉਹਨੇ ਜਿਹੜਾ ਹੈ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਖਿਡਾਰਨਾ ਦੇ ਨਾਲ, ਜੋ ਵਰਲਡ ਫੇਮਸ ਪਹਿਲਵਾਨ ਪਹਿਲਵਾਨਣਾ ਜਿਨ੍ਹਾਂ ਨੇ ਮੈਡਲ ਜਿੱਤੇ ਨੇ, ਉਸ ਸੰਦਰਭ ਦੇ ਵਿੱਚ ਲਿਖਿਆ। ਨਾਲ ਇਹਦੇ ਵਿੱਚ ਸੰਸਦ ਭਵਨ ਦੀ ਜਿਹੜੀ ਘੁੰਡ ਚੁਕਾਈ ਉਹਦੇ ਬਾਰੇ ਵੀ ਗੱਲ ਕੀਤੀ ਹੈ। ਹੋਰ ਜਿਹੜਾ ਔਰਤਾਂ 'ਤੇ ਅੱਤਿਆਚਾਰ ਹੋ ਰਿਹਾ ਉਸ ਨੂੰ ਵੀ ਸੰਦਰਭ ਬਣਾ ਕੇ, ਕਿਉਂਕਿ ਜਦੋਂ ਕੋਈ ਆਰਟੀਕਲ ਲਿਖਦਾ ਉਹ ਤੱਥਾਂ ਦੇ ਆਧਾਰ 'ਤੇ ਲਿਖੇ ਜਾਂਦੇ ਨੇ, ਪਰੂਫ ਸਬੂਤ ਦੇ ਆਧਾਰ 'ਤੇ ਲਿਖੇ ਜਾਂਦੇ ਨੇ, ਉਹ 'ਚ ਕੈਫੇ ਨਹੀਂ ਚੱਲਦੇ। ਕੈਫੇ ਵੀ ਜੇਕਰ ਹੁੰਦੇ ਨੇ ਤਾਂ ਉਹ ਵੀ ਕਿਸੇ ਬਹੁਤ ਵੱਡੀ ਜਿਹੜੀ ਕੋਈ ਰਿਪੋਰਟਾਂ ਆਈਆਂ ਹੁੰਦੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਕੈਫੇ ਹੁੰਦੇ ਕਿ ਇੰਝ ਹੋ ਸਕਦਾ, ਕਿਉਂਕਿ ਜਵਾਬਦੇਹ ਹੁੰਦੇ। ਉਹ ਪੜ੍ਹਾ ਕੇ ਤੁਹਾਨੂੰ ਸੁਣਾਉਣਾ ਹੈ, ਸੁਣ ਲਿਓ। ਆਪਣੇ ਕਮੈਂਟ ਭੇਜਣੇ ਹੋਣਗੇ ਤਾਂ ਲਿਖ ਕੇ ਭੇਜ ਦਿਓ, ਉਹਦੇ ਲਈ 416-717-9497 ਪੜ੍ਹ ਵੀ ਦੇਵਾਂਗੇ। ਦਿੱਲੀ ਪੁਲਿਸ ਨੇ ਕਿਹਾ ਕਿ ਬ੍ਰਿਜ ਭੂਸ਼ਣ ਦੇ ਖਿਲਾਫ ਸਬੂਤ ਹੀ ਨਹੀਂ ਹੈ। ਗ੍ਰਿਫਤਾਰ ਕਿਵੇਂ ਕਰ ਲਈਏ? ਹੁਣ ਪੋਕਸੋ ਐਕਟ ਦਾ ਜਿਹੜਾ ਮਾਮਲਾ ਹੈ ਉਹ ਵੀ ਹੁਣ ਜਿਹੜਾ ਖੂਹ ਖਾਤੇ ਪੈਣ ਵਾਲਾ, ਉਹਦੀ ਸੰਭਾਵਨਾ ਹੈ, ਕਿਉਂਕਿ ਹੁਣ ਉਹ ਕਹਿੰਦੇ ਨੇ ਘਰ ਦਾ ਭੇਤੀ ਲੰਕਾ ਢਾਏ, ਚਾਚਾ ਜੀ ਜੋ ਆ ਗਏ ਸਾਹਮਣੇ, ਤੇ ਚਾਚਾ ਜੀ ਨੂੰ ਵੀ ਆੜੇ ਹੱਥੀ ਲੈਣ ਵਾਲੀ ਸੰਸਥਾ ਆ ਗਈਆਂ ਨੇ, ਕੀ ਕਹਿਣਾ ਚਾਹੋਗੇ? ਹਾਂ ਚਾਚਾ ਜੀ ਆ ਗਏ ਤਾਂ, ਪਰ ਕੁੜੀ ਦਾ ਬਾਪ ਕਹਿੰਦਾ ਵੀ ਤਾਇਆ ਚਾਚਾ ਨਹੀਂ ਹੈਗਾ ਉਹ। ਚਲੋ ਵਾਟ ਹੈ,
ਲਾਊ ਦਾ ਹਾਂ ਲਾਊ ਤਾਂ ਹੈਗਾ ਨਾ ਉਹਦੇ ਆਮ ਚਾਚਾ ਹੀ ਕਹਿੰਦੇ ਨੇ ਆਮ ਚਾਚਾ ਹੀ ਕਿਹਾ ਮੀਡੀਆ ਵਿੱਚ ਤਾਂ ਪਰ ਕੁੜੀ ਦੇ ਬਾਪ ਨੇ ਕਿਹਾ ਕਿ ਚਾਚਾ ਨੇ ਤਾਇਆ ਬੇਸ਼ੱਕ ਬੇਸ਼ੱਕ ਕਹਿੰਦਾ ਜਿਹੜੀ ਕੁੜੀ ਦੀ ਗੱਲ ਕਰਦੇ ਆ ਨਾ ਜੀ ਪੋਕਸੋ ਐਕਟ ਦੀ ਜਿਹੜੀ ਗੱਲ ਕਰਦੇ ਆ ਜਿਹੜੀ ਕੁੜੀ ਕਿ ਅੱਜ ਵੀ ਨਾਬਾਲਗ ਹੈ ਅੱਜ ਵੀ ਉਹ ਰੈਸਲਰ ਹੈ ਕੁੜੀ ਹੈਗੀ ਆ ਉਹ ਅੱਜ ਵੀ ਨਾਬਾਲਗ ਹੈ ਉਹ ਕੁੜੀ ਦੀ ਗੱਲ ਕਰਦੇ ਆ ਅਸੀਂ ਉਹ ਕੁੜੀ ਤੇ ਇਲਜ਼ਾਮ ਲੱਗ ਉਸ ਕੁੜੀ ਨੇ ਇਲਜ਼ਾਮ ਲਗਾਏ ਨੇ ਪੋਕਸੋ ਐਕਟ ਤਹਿਤ ਜਿਹੜੀ ਕੁੜੀ ਦੀ ਗੱਲ ਉਹ ਤਾਇਆ ਕਰ ਰਿਹਾ ਉਹ ਕੁੜੀ ਸਾਡੀ ਮਰ ਚੁੱਕੀ ਸੀਗੀ ਉਹ ਕੁੜੀ ਮਰ ਗਈ ਸੀ ਅਸੀਂ ਕੀ ਕੀਤਾ ਸਾਨੂੰ ਕੁੜੀ ਬੜੀ ਪਿਆਰੀ ਸੀ ਉਹ ਉਸੇ ਜਿਹੜੀ ਦੂਜੀ ਕੁੜੀ ਜਨਮੀ ਸੀਗੀ ਉਸ ਦਾ ਨਾਂ ਵੀ ਅਸੀਂ ਪਹਿਲੀ ਕੁੜੀ ਦਾ ਨਾਂ ਰੱਖਤਾ ਸੀਗਾ ਮੀਡੀਆ ਕਹਿੰਦਾ ਉਹਨੂੰ ਕਿ ਤੁਸੀਂ ਜਿਹੜੀ ਪਹਿਲੀ ਕੁੜੀ ਮਰੀ ਕਿੰਨੇ ਸਾਲ ਦੀ 2 ਸਾਲ ਦੀ ਕੁੜੀ ਮਰੀ ਸੀ ਕਹਿੰਦਾ ਵੀ ਦਿਖਾਓ ਉਹਦਾ ਸਰਟੀਫਿਕੇਟ ਡੈਥ ਸਰਟੀਫਿਕੇਟ ਕੋਈ ਹੋਣਾ ਉਹ ਕਹਿੰਦੇ ਦਿਖਾ ਨਹੀਂ ਸਕਿਆ ਭਾਵੇਂ ਕਿ 2 ਸਾਲ ਦੀ ਕੁੜੀ ਦਾ ਕੌਣ ਸਰਟੀਫਿਕੇਟ ਕਰਾਉਂਦਾ ਜੀ ਜੇ ਕੁੜੀ ਮਰ ਗਈ ਤਾਂ ਉਹਨੂੰ ਕਿਹੜਾ ਕੋਈ ਸਰਟੀਫਿਕੇਟ ਕਰਾਉਣ ਵਾਸਤੇ ਕੋਈ ਗੱਲ ਤੇ ਆ ਨਾ ਹੁਣ ਜਦੋਂ ਕਿਸੇ ਨੇ ਆਪਣਾ ਤੁਹਾਨੂੰ ਪਤਾ ਕਿ ਆਪਣਾ ਸਾਰਾ ਖਾਨਦਾਨ ਨੰਗਾ ਕਰਨਾ ਹੋਵੇ ਧੋਤੀ ਲਗੋਟ ਲਵਾਉਣੇ ਹੋ ਤਾਂ ਚੋਣਾਂ ਲੜ ਲਓ ਗੁਰੂ ਦੀ ਸਾਰਾ ਕੋਈ ਕੱਢ ਲਿਆਉਂਦੇ ਨੇ ਹੁਣ ਉਸ ਸਮੇਂ ਦੇ ਵਿੱਚ 2 ਸਾਲ ਦਾ ਅੱਜ ਤੋਂ ਕਿੰਨੇ ਵਰੇ ਪਹਿਲਾਂ ਜਦੋਂ ਬੱਚਾ ਪੂਰਾ ਹੁੰਦਾ ਤਾਂ ਕੌਣ ਕਿਹੜਾ ਬੰਦਾ ਨਾਂ ਲਿਖਿਆ ਹੋਊਗਾ ਉਸ ਵਕਤ ਚਲੋ ਪਿੰਡਾਂ 'ਚ ਚੌਂਕੀਦਾਰ ਨਾਂ ਲਿਖਦੇ ਨੇ ਸ਼ਾਇਦ ਨਾਂ ਲਿਖਿਆ ਹੋਵੇ ਕਈ ਨਹੀਂ ਵੀ ਲਿਖਦੇ ਕਈਆਂ ਥਾਵਾਂ 'ਤੇ ਨਾਂ ਵੀ ਲਿਖਿਆ ਗਿਆ ਹੋਵੇ ਪਰ ਹੁਣ ਮੀਡੀਆ ਨੇ ਤਾਂ ਤੁਹਾਨੂੰ ਪਤਾ ਨਾ ਫਿਰ ਸਵਾਲ ਪੁੱਛਣੇ ਆ ਵੀ ਵੇਖੋ ਜੀ ਵੇਖਿਆ ਕਿੱਡਾ ਵੱਡਾ ਪੁਆਇੰਟ ਫੜ ਕੇ ਲਿਆਂਦਾ ਮੈਂ ਕਿੱਡਾ ਵੱਡਾ ਮੈਂ ਕੰਮ ਕਰ ਦਿੱਤਾ ਸ਼ਾਬਾਸ਼ੀ ਨਹੀਂ ਲੈਣੀ ਹਾਂਜੀ ਚਲੋ ਤੁਸੀਂ ਕਰ ਲਓ ਗੱਲ ਬਿਲਕੁਲ ਚਾਵਲਾ ਸਾਹਿਬ ਤੇ ਉਹ ਸੰਦਰਭ ਖੈਰ ਮੀਡੀਆ ਪੁੱਛ ਰਿਹਾ ਉਹਨੂੰ ਪਰ ਮੇਰੀ ਜਿੱਥੇ ਤੱਕ ਸੋਚ ਹੈਗੀ ਆ ਉਹ ਹੈਗਾ ਵੀ 2 ਸਾਲ ਬੱਚੀ ਮਰ ਗਈ ਉਹਦਾ ਡੈਥ ਸਰਟੀਫਿਕੇਟ ਮੇਰੇ ਖਿਆਲ 'ਚ ਕੋਈ ਨਹੀਂ ਕਰਾਉਂਦਾ ਉਹ ਮਰ ਗਈ ਤਾਂ ਉਹਨੂੰ ਚੱਕ ਕੇ ਜਦੋਂ ਦਫਨਾਉਂਦੇ ਹੁੰਦੇ ਆ ਜਾਂ ਫਿਰ ਸੰਸਕਾਰ ਕਰਦੇ ਹੁੰਦੇ ਆ ਨਿਬੇੜ ਦਿੰਦਾ ਕੰਮ ਜਦੋਂ ਕੁੜੀ ਚਲੇ ਗਈ ਤਾਂ ਇੱਦਾਂ ਨਹੀਂ ਕੋਈ ਸਰਟੀਫਿਕੇਟ ਕਰਾਉਣ ਤੁਰਦਾ ਹੈਗਾ ਉੱਥੇ ਤੇ ਕਿਉਂਕਿ ਉਹਦੇ ਕੋਈ 2 ਸਾਲ ਦੀ ਕੁੜੀ ਦਾ ਕੋਈ ਹੁੰਦਾ ਨਹੀਂ ਪਰ ਦੂਜੇ ਪਾਸੇ ਬਿਰਜਭੂਸ਼ਣ ਸਰਨ ਸਿੰਘ ਦੇ ਮਾਮਲੇ ਦੇ ਵਿੱਚ ਚਾਵਲਾ ਸਾਹਿਬ ਉਹਨੇ ਆਪਣਾ ਪੁਲਿਸ ਦਾ ਇੱਕ ਪਹਿਲਾਂ ਟਵੀਟ ਆਇਆ ਫਿਰ ਟਵੀਟ ਉਹਨਾਂ ਨੇ ਡਿਲੀਟ ਕਰਤਾ ਸੀਗਾ ਕਹਿੰਦੇ ਵੀ ਸਾਡੇ ਕੋਲ ਸਬੂਤ ਨਹੀਂ ਹੈਗੇ ਕੋਈ ਬਿਰਜਭੂਸ਼ਣ ਸਰਨ ਸਿੰਘ ਦੇ ਖਿਲਾਫ ਪੋਕਸੋ ਐਕਟ ਵੀ ਕਹਿੰਦੇ ਵੀ ਹੁਣ ਸ਼ਾਇਦ ਰੱਦ ਹੋ ਜਾਏਗਾ ਉਹ ਵੀ ਨਹੀਂ ਲੱਗਣਾ ਕਿਉਂਕਿ ਪੋਕਸੋ ਐਕਟ ਵਾਲੀ ਕੁੜੀ ਕਹਿੰਦੇ ਉਹ ਨਾਬਾਲਗ ਹੈਗੀ ਹੈ ਨਾਬਾਲਗ ਨਹੀਂ ਹੈਗੀ ਉਹ ਅਤੇ ਜੇਕਰ ਸਾਡੇ ਕੋਲ ਸਬੂਤ ਅਸੀਂ ਇਹ ਰਿਪੋਰਟ ਪੇਸ਼ ਕਰਾਂਗੇ ਮਾਨਯੋਗ ਸੁਪਰੀਮ ਕੋਰਟ ਕੋਲ ਸਾਡੇ ਕੋਲ ਸਬੂਤ ਹੋਣਗੇ ਤਾਂ ਹੀ ਤਾਂ ਅਸੀਂ ਕਰਾਂਗੇ ਗੱਲ ਪਰ ਇੱਕ ਪਾਸੇ ਤਾਂ ਕਾਨੂੰਨ ਇਹ ਕਹਿੰਦਾ ਚਾਵਲਾ ਸਾਹਿਬ ਕਿ ਕੋਈ ਔਰਤ ਕਿਸੇ ਉੱਤੇ ਇਲਜ਼ਾਮ ਲਾਉਂਦੀ ਹੈ ਪਹਿਲਾਂ ਬੜੇ ਵੱਡੇ ਇਲਜ਼ਾਮ ਲੱਗੇ ਨੇ ਬੜੇ ਵੱਡੇ ਉਲਝੇ ਨੇ ਮੀ ਟੂ ਦੇ ਵਿੱਚ ਬੜੇ ਪੁਰਾਣੇ ਪੁਰਾਣੇ ਕੇਸ ਆ ਗਏ ਸੀਗੇ ਤਾਂ ਸਿੱਧਾ ਤੌਰ 'ਤੇ ਡਾਇਰੈਕਟ ਕੇਸ ਹੈਗਾ ਇੰਝ ਲਾਲਾ ਚਾਵਲਾ ਸਾਹਿਬ ਭਾਰਤ ਵਿੱਚ ਨਾ ਜੋ ਹਿੰਦੂਤਵਾ ਦਾ ਜੋ ਚਿਹਰਾ ਮੋਹਰਾ ਹੈ ਇਸ ਕੇਸ ਨੇ ਬਿਲਕੁਲ ਸਪਸ਼ਟ ਕੀਤਾ ਕਿ ਜਿਹੜਾ ਇਹ ਭਾਰਤ ਵਿੱਚ ਨਾ ਸ਼ੂਦਰ ਹੋ ਗਿਆ ਇੱਕ ਘੱਟ ਗਿਣਤੀ ਹੋ ਗਿਆ ਅਤੇ ਇੱਕ ਔਰਤ ਹੋ ਗਈ ਇਹ ਸੁਰੱਖਿਅਤ ਨਹੀਂ ਹੈਗੇ ਕਿ ਮਤਲਬ ਕਿਤੇ ਨਾ ਕਿਤੇ ਇਹਨਾਂ ਦੇ ਕੋਈ ਨਾ ਕੋਈ ਤਰੀਕੇ ਨਾਲ ਮਾਰ ਪੈਂਦੀ ਹੈ ਅਤੇ ਔਰਤ ਨੂੰ ਇਹ ਅਹਿਸਾਸ ਕਰਾਇਆ ਇਸ ਮੁੱਦੇ 'ਤੇ ਕਿ ਤੁਹਾਡਾ ਬੇਸ਼ੱਕ ਸਾਡੇ ਉੱਤੇ ਕੇਸ ਵੀ ਹੋਵੇ ਪਰ ਫਿਰ ਵੀ ਜਿਹੜੀ ਸਾਡੀ ਹੀ ਚੱਲੇਗੀ ਸਾਡੇ ਹੀ ਹੁਕਮ ਵਿੱਚ ਸਾਰਾ ਕੁਝ ਰਹੇਗਾ ਅਤੇ ਇਹੀ ਘੱਟ ਗਿਣਤੀ ਨਾਲ ਹੁੰਦਾ ਚਾਵਲਾ ਸਾਹਿਬ ਇਹੀ ਸ਼ੂਦਰਾਂ ਨਾਲ ਹੁੰਦਾ ਅਤੇ ਇਹੀ ਹੁਣ ਔਰਤ ਨਾਲ ਵੀ ਇਹੀ ਗੱਲ ਹੋ ਰਹੀ ਹੈ ਅਤੇ ਹੁੰਦੀ ਰਹੀ ਹੈ ਔਰਤ ਨਾਲ ਅਤੇ ਔਰਤ ਜਿਵੇਂ ਮਨੁਸਮ੍ਰਿਤੀ ਕਹਿੰਦੀ ਆ ਉਹੀ ਮਨੁਸਮ੍ਰਿਤੀ ਵਾਲਾ ਰਾਜ ਲੱਗਦਾ ਵੀ ਭਾਰਤ ਵਿੱਚ ਆਇਆ ਹੋਇਆ ਚਾਵਲਾ ਸਾਹਿਬ ਜੀ ਰਾਜਸਥਾਨ ਦੇ ਅਜਮੇਰ ਵਿੱਚ ਭਾਜਪਾ ਦੀ ਚੋਣ ਮੁਹਿੰਮ ਸ਼ੁਰੂ ਹੋ ਗਈ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਕਾਂਗਰਸ 85% ਕਮਿਸ਼ਨ ਵਾਲੀ ਪਾਰਟੀ ਹੈ ਭਾਵ ਕਿ ਲੁੱਟ ਵਿੱਚ ਕਿਸੇ ਨਾਲ ਭੇਦਭਾਵ ਨਹੀਂ ਕਰਦੀ ਕੀ ਕਹਿਣਾ ਚਾਹੋਗੇ ਕੋਈ ਵੀ ਕਹਿੰਦਾ ਹੋਵੇ ਭਾਵੇਂ ਗਰੀਬ ਹੋਵੇ ਅਮੀਰ ਹੋਵੇ ਕੋਈ ਅਫਸਰ ਹੋਵੇ ਕੋਈ ਕਿਸਾਨ ਹੋਵੇ ਕੋਈ ਵੀ ਵਰਗ ਹੋਵੇ ਜਦੋਂ ਲੁੱਟ ਕਰਦੀ ਹੈ ਨਾ ਇਹ ਫਿਰ ਕਿਸੇ ਨਾਲ ਸਭ ਨਾਲ ਬਰਾਬਰ ਲੁੱਟ ਕਰਦੀ ਹੈ 85% ਕਮਿਸ਼ਨ ਵਾਲੀ ਹੈ ਕਾਂਗਰਸ ਤੁਸੀਂ ਸੁਣਿਆ ਹੋਣਾ ਚਾਵਲਾ ਸਾਹਿਬ ਆਪਾਂ ਕਾਫੀ ਚਰਚਾ ਕੀਤੀ ਹੈ ਕਰਨਾਟਕ ਵਿੱਚ ਚੋਣਾਂ ਹੋਈਆਂ ਨੇ ਕਰਨਾਟਕ ਵਿੱਚ ਭਾਜਪਾ ਨੂੰ ਕਾਂਗਰਸ ਨੇ 40% ਕਮਿਸ਼ਨ ਵਾਲੀ ਸਰਕਾਰ ਕਿਹਾ ਸੀ ਵੀ 40% ਕਮਿਸ਼ਨ ਸਰਕਾਰ ਦੀ ਸਰਕਾਰ ਹੈ ਕਿਉਂਕਿ ਉਹ ਦੋਸ਼ ਲਾਏ ਸੀਗੇ ਭਾਜਪਾ ਹੀ ਨੇ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਸੀਗੀ ਕਿ ਮੈਂ ਠੇਕੇਦਾਰੀ ਲਈ ਹੈ ਅਤੇ ਮੇਰੇ ਤੋਂ 40% ਕਮਿਸ਼ਨ ਮੰਗ ਰਹੇ ਨੇ ਅਤੇ ਸੇਮ ਦੋਸਤ ਮੋਦੀ ਜੀ ਨੇ ਰਾਜਸਥਾਨ ਦੇ ਵਿੱਚ ਚੋਣ ਮੁਹਿੰਮ ਸ਼ੁਰੂ ਕਰਦਿਆਂ ਮਤਲਬ ਅਜਮੇਰ 'ਚ ਚੋਣ ਸ਼ੁਰੂ ਕੀਤੀ ਉਹਨਾਂ ਨੇ ਚੋਣਾਂ ਆ ਰਹੀਆਂ ਅੱਗੇ ਸ਼ੁਰੂ ਕਰਦਿਆਂ ਉਹਨਾਂ ਨੇ ਕਹਿ ਦਿੱਤਾ ਕਿ ਕਾਂਗਰਸ ਸਰਕਾਰ ਜਿਹੜੀ ਕਾਂਗਰਸ ਹੈਗੀ ਆ 85% ਮਤਲਬ 40% ਕਿਹਾ ਸੀਗਾ ਉਹ 85% ਕਹਿ ਦਿਓ ਨਾਲ ਹੀ ਚਾਵਲਾ ਸਾਹਿਬ ਉਹਨੇ ਕਹਿ ਦਿੱਤਾ ਕਿ ਜਿਹੜੀ ਇਹ ਕਮਿਸ਼ਨ ਵਾਲੀ ਗੱਲ ਤਾਂ ਕਹਿ ਦਿੱਤੀ ਨਾਲੇ ਇਹ ਵੀ ਗੱਲ ਕਹਿ ਦਿੱਤੀ ਕਿ ਇਹ ਜਿਹੜਾ ਕਾਂਗਰਸ ਦੀ ਜਿਹੜੀ ਭਾਵ ਨੇ ਭੇਦਭਾਵ ਨਹੀਂ ਕਰਦੀ ਲੁੱਟ ਦਾ
ਹੁਣ ਜਿਹੜੀਆਂ ਗੱਲਾਂ ਮੋਦੀ ਜੀ ਨੇ ਆਖੀਆਂ ਨੇ ਨਾ ਜੀ ਉੱਥੇ, ਉਹ ਸਾਰੀਆਂ ਹੀ ਭਾਜਪਾ ਤੇ ਢੁਕਦੀਆਂ ਨੇ। ਮਤਲਬ ਕਿ ਸਾਰੀਆਂ ਗੱਲਾਂ ਉਹ ਉਲਟ, ਮਤਲਬ ਕਿ ਕਮਾਲ ਦੀ ਗੱਲ ਆ ਜੀ ਮੋਦੀ ਦੀ, ਕਿਆ ਮੈਨੇਜਮੈਂਟ ਹੈਗੀ ਆ, ਬਹੁਤ ਕਮਾਲ ਦੀ ਮੈਨੇਜਮੈਂਟ ਹੈ। ਮੈਂ ਸਲੂਟ ਕਰਦਾ ਉਸ ਇਨਸਾਨ ਨੂੰ, ਮੈਂ ਜਿਹੜੀਆਂ ਗੱਲਾਂ ਆਪ ਕਰਦੇ ਆ ਦੂਜੀਆਂ ਪਾਰਟੀਆਂ ਤੇ ਥੋਪ ਦਿੰਦੇ ਆ ਮੋਦੀ ਜੀ, ਤੇ ਭਾਵੇਂ ਕਿ ਚਲੋ ਮੈਂ ਕਮਿਸ਼ਨ ਵਾਲੀ ਗੱਲ ਤਾਂ ਨਹੀਂ ਖੈਰ ਮੋਦੀ ਜੀ ਤੋਂ ਕਰਦਾ ਮੈਂ, ਤੇ ਜਿਹੜੀਆਂ ਵੀ ਗੱਲਾਂ ਆਪ ਕਰਦੇ ਆ ਨਾ ਜੀ ਉਹ ਦੂਜੀਆਂ ਪਾਰਟੀਆਂ ਉੱਤੇ ਲਾਗੂ ਕਰ ਦਿੰਦੇ ਆ ਵੀ ਹਾਂ ਆਪਣੇ ਤੇ ਕਾਹਨੂੰ ਲੋਕ ਮਾਰਨਗੇ, ਆਪਾਂ ਹੀ ਕਰ ਦਿੰਦੇ ਆ ਗੱਲ। ਬਿਲਕੁਲ ਇਹ ਮੋਦੀ, ਹਾਂਜੀ ਬਿਲਕੁਲ ਜੀ। ਪੀਲੀ ਭੀਤ ਵਿੱਚ ਇੱਕ ਖਬਰ ਆਈ, ਉਸ ਤੋਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਧੀ ਜੰਮਦੀ ਸੀ ਤੇ ਉਹਨੂੰ ਖਤਮ ਕਰਨ ਦੇ, ਕਿਉਂਕਿ ਉਦੋਂ ਪਤਾ ਨਹੀਂ ਸੀ ਹੁੰਦਾ ਨਾ ਵੀ ਕੁੱਖ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਬੱਚੀ, ਅੱਜ ਤਾਂ ਪਤਾ ਹੋ ਜਾ ਲੱਗ ਜਾਂਦਾ। ਅੱਜ ਤਾਂ ਜਿਹਨਾਂ ਸੈਂਟਰਾਂ 'ਤੇ ਲਿਖਿਆ ਹੁੰਦਾ ਕਿ ਇੱਥੇ ਇਹ ਟੈਸਟ ਨਹੀਂ ਕੀਤੇ ਜਾਂਦੇ, ਉੱਥੇ ਸਭ ਤੋਂ ਜ਼ਿਆਦਾ ਘਾਣ ਹੋ ਰਿਹਾ ਹੁੰਦਾ ਇਨਸਾਨੀਅਤ ਦਾ, ਅਤੇ ਦਾਈ ਕੰਮ ਕਰਦੀ ਹੁੰਦੀ ਸੀ। ਹਾਂਜੀ, ਦਾਈ ਨੂੰ ਇਹ ਜੁੰਮਾ ਸੌਂਪਿਆ ਜਾਂਦਾ ਸੀ, ਮਰੀ ਪੈਦਾ ਹੋਈ ਹੈ ਜੀ। ਚੱਲ ਮੇਰੇ ਭਾਈ, ਬਹੁਤ ਵੱਡੀਆਂ ਸਟੋਰੀਆਂ ਮੈਂ ਸਾਂਝੀਆਂ ਕਰ ਚੁੱਕਾ ਇਸ ਮਾਮਲੇ ਦੇ ਵਿੱਚ, ਪਰ ਅਜੇ ਵੀ ਕੰਮ ਰੁਕਿਆ ਨਹੀਂ। ਪੀਲੀ ਭੀਤ ਵਿੱਚ ਇੱਕ ਮੁਹੱਲਾ ਖਾਨਕਾ, ਉੱਥੋਂ ਦੀ ਰਹਿਣ ਵਾਲੀ ਹੈ ਔਰਤ, ਸੱਭੋ ਉਹਦਾ ਨਾਂ ਲਿਖਿਆ ਮੀਡੀਆ ਨੇ, ਉਹਦੇ ਘਰ ਤੀਜੀ ਕੁੜੀ ਜਨਮ ਲੈਂਦੀ ਹੈ, ਪਿਤਾ ਫਰਹਾਨ ਹੈ। ਜਦੋਂ ਕੁੜੀ ਨੂੰ ਚੁੱਕਦਾ ਪਤਾ ਲੱਗਦਾ ਵੀ ਕੁੜੀ, ਤੇ ਉਸੇ ਵੇਲੇ ਧਰਤੀ ਤੇ ਪਟਕਾ ਕੇ ਸੁੱਟ ਦਿੰਦਾ। ਜੰਮਦਾ ਬੱਚਾ ਫੁੱਲ ਵਰਗਾ, ਮੌਤ ਹੋ ਜਾਂਦੀ ਹੈ। ਕੀ ਕਹਿਣਾ ਚਾਹੋਗੇ, ਕਿੱਥੇ ਜਾ ਕੇ ਰੁਕੂ? ਬਿਲਕੁਲ, ਇਹ ਤਾਂ ਮਤਲਬ ਕਿ ਖੈਰ ਕਰੂਰਤਾ ਹੈਗੀ, ਆਪਾਂ ਗੱਲ ਕਰ ਚੁੱਕੇ ਹਾਂ ਪਹਿਲਾਂ ਵੀ ਔਰਤ ਪ੍ਰਤੀ ਨਜ਼ਰੀਆ ਸਾਡੇ ਸਮਾਜ ਦਾ ਵਧੀਆ ਨਹੀਂ ਹੈਗਾ, ਤੇ ਉਹ ਇਹ ਵੀ ਇਹਦੇ ਪਾਸੇ ਨੂੰ ਇਸ਼ਾਰਾ ਕਰਦੀ ਆ, ਸਿੱਧਾ ਇਸ਼ਾਰਾ ਕਰਦੀ ਆ ਵੀ ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤਾਂ ਭਾਵੇਂ ਨਿੱਕੀ ਫੁੱਲ ਵਰਗੀ ਬੱਚੀ ਆ, ਉਹ ਨਿੱਕੀ ਜਿਹੀ ਫੁੱਲ ਵਰਗੀ ਬੱਚੀ ਆ, ਆਈ ਆ ਦੇ ਅਜੇ ਤਾਂ ਉਹਨੇ ਸਮਾਜ ਵਿੱਚ ਜਿਉਣਾ ਹੈਗਾ, ਦੇਖਣਾ ਸਮਾਜ ਨੂੰ, ਸੰਸਾਰ ਨੂੰ ਦੇਖਣਾ, ਤੇ ਉਹਨੇ ਪਤਾ ਨਹੀਂ ਕੀ ਕਰਨਾ, ਉਹਨੇ ਕਿਹੜੇ ਪਾਸੇ ਜਾਣਾ ਸੀਗਾ, ਪਤਾ ਨਹੀਂ ਕਿਹੜੀ ਉਹਨੇ ਕਿਰਨ ਬੇਦੀ ਬਣਨਾ ਸੀਗਾ, ਕਿਹੜੇ ਪਤਾ ਨਹੀਂ ਕਿਹੜੇ ਪਾਸੇ ਜਾ ਕੇ ਉਹਨੇ ਕੀ ਕੰਮ ਕਰਨਾ ਸੀ, ਉਸ ਕੁੜੀ ਨੇ, ਧੀ ਨੇ, ਤੇ ਉਹ ਦੇਖਦਾ ਉਹਨੂੰ ਫੜਾਉਂਦੀ, ਅਸਲ 'ਚ ਚਾਚੀ ਬੈਠੀ ਹੁੰਦੀ ਆ ਕੁੜੀ ਨੂੰ ਲਈ, ਤੇ ਜਦੋਂ ਆਉਂਦਾ ਨਾ ਆ ਕੇ ਉਹ ਉਹਨੂੰ ਕੁੜੀ ਨੂੰ ਉਹਦੇ ਗੋਦ 'ਚ ਫੜਾ ਦਿੰਦੀ ਆ ਕਿ ਦੇਖਦਾ ਕੁੜੀ ਆ, ਉਹ ਮਤਲਬ ਕਿ ਉੱਥੇ ਹੀ ਸੁੱਟ ਦਿੰਦਾ ਕੁੜੀ ਨੂੰ, ਕੁੜੀ ਨੂੰ ਉੱਥੇ ਸੁੱਟ ਦਿੰਦਾ ਤੇ ਕੁੜੀ ਸਹਿਕਦੀ ਆ, ਤੇ ਕੁਛ ਟਾਈਮ ਬਾਅਦ ਕੁੜੀ ਦਮ ਤੋੜ ਦਿੰਦੀ ਆ। ਇਹ ਹੈ ਸਾਡੇ ਸਮਾਜ ਦਾ ਜਿਹੜਾ ਕਰੂਰ ਚਿਹਰਾ, ਜਿਹਨੂੰ ਕਰੂਰਤਾ ਭਰਿਆ ਚਿਹਰਾ ਕਹਾਂਗੇ। ਤੁਸੀਂ ਗੱਲ ਆਖੀ ਹੈ ਨਾ ਕਿ ਪਹਿਲਾਂ ਇੱਦਾਂ ਹੁੰਦਾ ਸੀ ਚਾਵਲਾ ਸਾਹਿਬ, ਤੇ ਬੜੇ ਖਤਰਨਾਕ ਤਰੀਕੇ ਨਾਲ ਹੁੰਦਾ ਸੀਗਾ। ਜੇ ਆਪਾਂ ਸੀਤਾ ਮਾਤਾ ਦੀ ਗੱਲ ਵੀ ਕਰਦੇ ਹਾਂ ਤਾਂ ਉਹ ਵੀ ਤਾਂ ਇਹੀ ਇਸੇ ਰੂਪ 'ਚੋਂ ਬਾਹਰ ਨਿਕਲੀ ਸੀਗੀ, ਫਿਰ ਉਹ ਸੀਤਾ ਬਣੀ ਤੇ ਭਗਵਾਨ ਸ਼੍ਰੀ ਰਾਮ ਦੀ ਪਤਨੀ ਬਣੀ, ਫਿਰ ਉਹ ਉਸ ਨੂੰ ਵੀ ਤਾਂ ਇਸੇ ਰੂਪ 'ਚ ਕਿਸੇ ਨੇ ਦੱਬਿਆ ਸੀਗਾ, ਤੇ ਉਹ ਗੱਲ ਵੱਖ ਹੈ ਕਿ ਰਾਜਜਨਕ ਨੇ ਫਿਰ ਉਹਨੂੰ ਕਿਵੇਂ ਜਾ ਹਲ ਵਾਹੁੰਦਿਆਂ ਨਿਕਲੀ ਸੀ ਉਹ, ਤੇ ਪਤਾ ਨਹੀਂ ਕਿਹੜੀ ਕੁੜੀ ਕਿਹੜੀ ਕਿੱਥੇ ਧੀ ਸਾਡੀ ਕੀ ਬਣਦੀ ਹੈ। ਤੇ ਜਿਵੇਂ ਕਿਹਾ ਸਾਡੇ ਇੱਥੇ ਪਟਿਆਲੇ ਕੋਲ ਨਾ ਜੀ ਇੱਕ ਸਾਡੇ ਪੁਆਧੀ ਖੇਤਰ ਆਉਂਦਾ, ਪੁਆਧੀ ਇਲਾਕਾ ਇੱਕ ਮਾਝੇ ਮਾਲਵੇ ਦੁਆਬੇ ਵਰਗਾ ਇੱਕ ਪੁਆਧੀ ਖੇਤਰ ਵੀ ਹੈਗਾ ਪੰਜਾਬ ਦਾ, ਜਿਹੜਾ ਕੁਛ ਹਰਿਆਣੇ ਦਾ ਖੇਤਰ ਵਿੱਚ ਹੈਗਾ, ਤੇ ਉਸ ਦੇ ਵਿੱਚ ਨਾ ਇੱਕ ਸੀਲ ਪਿੰਡ ਸੀਗਾ, ਮੈਂ ਸਰਚ ਕੀਤੀ ਸੀਗੀ ਸੱਭਿਆਚਾਰ ਦੇ, ਤੇ ਉਹਦੇ ਵਿੱਚ ਨਾ ਪੁਰਾਣੀਆਂ ਬੁੜੀਆਂ ਦੀਆਂ ਗੱਲਾਂ ਸੁਣੀਆਂ, ਕਹਿੰਦੇ ਜੀ ਇੱਥੇ ਨਾ ਇੱਥੇ ਨਾ ਜੀ ਜੰਮਦੀ ਕੁੜੀ ਨੂੰ ਮਾਰਨ ਦਾ ਬੜਾ ਖਤਰਨਾਕ ਤਰੀਕਾ ਸੀਗਾ, ਅਖੀਰ ਜਦੋਂ ਨਾ ਜੰਮਦੀ ਸੀ ਮਾਂ ਕੁੜੀ ਨੂੰ ਤਾਂ ਜਿਹੜੀ ਜਣੇਪੇ ਵਾਲੀ ਮਾਂ ਹੁੰਦੀ ਸੀ ਨਾ ਜੀ ਉਹਦੇ ਮੰਜੇ ਦੇ ਪਾਵੇ ਦੇ ਹੇਠਾਂ ਉਸ ਬੱਚੀ ਦੀ ਗਰਦਨ ਰੱਖਦੇ ਸੀਗੇ ਤੇ ਉੱਤੇ ਬਿਠਾਉਂਦੇ ਸੀ ਉਹਦੀ ਮਾਂ ਨੂੰ, ਕਹਿੰਦੇ ਪਾਪ ਨਹੀਂ ਲੱਗਦਾ ਜੇ ਮਾਂ ਮਾਰਦੀ ਹੈ, ਅਤੇ ਉਹਦੇ ਗਰਦਨ 'ਤੇ ਪਾਵਾ ਰੱਖ ਕੇ ਉਹਨੂੰ ਮਾਰ ਦਿੰਦੇ ਸੀ। ਇਸੇ ਤਰੀਕੇ ਨਾਲ ਇੱਕ ਉੱਥੇ ਪਿੰਡ ਹੈ ਕੁੱਥਾ ਖੇੜੀ, ਕੁੱਥਾ ਖੇੜੀ ਪਿੰਡ ਦੇ ਵਿੱਚ ਇੱਕ ਬੁੜੀ ਇੱਕ ਦਾਈ ਸੀਗੀ, ਉਹਦਾ ਕੰਮ ਹੀ ਸੀਗਾ ਕੁੜੀਆਂ ਮਾਰਨਾ, ਅਤੇ ਹਰ ਜਦੋਂ ਕੁੜੀ ਜੰਮਦੀ ਸੀ ਉਹਦਾ ਕੰਮ ਸੀ ਕੁੜੀਆਂ ਮਾਰਨਾ, ਉਹ ਕੁੜੀਆਂ ਮਾਰਦੀ ਸੀ, ਬਾਅਦ ਜਦੋਂ ਮਰੀ ਨਾ ਜੀ ਫਿਰ ਉਹ ਐਡੀ ਗਿੱਠ ਲੰਮੀ ਜੀਭ ਨਿਕਲ ਗਈ ਬਾਹਰ ਉਹਦੀ, ਪਾਣੀਓ ਪਾਣੀ ਨਿਕਲਦਾ ਸੀ ਮੂੰਹ 'ਚੋਂ, ਮਰੀ ਬਹੁਤ ਬੁਰੀ ਤਰ੍ਹਾਂ ਸੀ ਹਾਲਾਤ 'ਚ ਉਹ ਬੁੜੀ। ਇਹ ਹਾਲਾਤ ਜਿਹੜੇ ਸਾਡੇ ਨਾ ਕੁੜੀਆਂ ਨੂੰ ਮਾਰਨ ਦੇ ਲਗਾਤਾਰ ਰਹੇ ਨੇ, ਇਹ ਵੀ ਜਿਹੜਾ ਇਹ ਜਿਹੜਾ ਪੀਲੀ ਭੀਤ 'ਚ ਖਾਨਕਾ ਮੁਹੱਲੇ ਵਿੱਚ ਫਰਹਾਨ ਨੇ ਕੀਤਾ ਨਾ ਜੀ ਕੰਮ, ਉਹਦੀ ਘਰਵਾਲੀ ਛੱਬੋ ਨੇ ਕੁੜੀ ਜਨਮੀ ਸੀਗੀ, ਇਹ ਵੀ ਉਸੇ ਕਰੂਰ ਸਮਾਜ ਦਾ ਇੱਕ ਸਿੱਧਾ ਪੱਧਰਾ ਜਿਹਾ ਚਿਹਰਾ ਹੈਗਾ ਚਾਵਲਾ ਸਾਹਿਬ। ਸਚਿਨ ਪਾਇਲਟ ਦੇ ਫਿਰ ਬੋਲ ਵਿਗੜਦੇ ਨੇ, ਕਿਹਾ ਕਿ ਮੇਰਾ ਅਲਟੀਮੇਟ ਅੱਜ ਵੀ ਭਾਜਪਾ ਵੱਲੋਂ ਕੀਤੀ ਕਰਪਸ਼ਨ ਦੀ ਪੜਤਾਲ ਕਰਨੀ ਹੋਵੇਗੀ। ਮਲਕ ਅਰਜਨ ਖੜਕੇ ਨੇ ਕਰਾਇਆ ਸੀ ਸਮਝੌਤਾ, ਕਿੱਥੇ ਜਾ ਕੇ ਰੁਕੂਗਾ ਕੰਮ? ਬਿਲਕੁਲ ਜੀ, ਅਸ਼ੋਕ ਗਹਿਲੋਤ ਮੁੱਖ ਮੰਤਰੀ ਨੇ, ਸਚਿਨ ਪਾਇਲਟ ਸਾਬਕਾ ਉਪ ਮੁੱਖ ਮੰਤਰੀ ਨੇ ਰਾਜਸਥਾਨ ਦੇ, ਦੋਵੇਂ ਕਾਂਗਰਸ ਦੇ ਆਗੂ ਨੇ,
ਦੋਵਾਂ ਦੇ ਵਿੱਚ ਕਾਫੀ ਦੂਰੀਆਂ ਚੱਲ ਰਹੀਆਂ ਨੇ ਜੀ, ਅਜੇ ਤੱਕ ਵੀ ਬਰਕਰਾਰ ਨੇ ਉਹ। ਬੇਸ਼ੱਕ ਦੋਵਾਂ ਆਗੂਆਂ ਦੀਆਂ ਜੱਫੀਆਂ ਮਲਕਾਰਜ ਖੜਗੇ ਕੋਲੇ ਪੈ ਗਈਆਂ ਸੀਗੀਆਂ, ਤੇ ਪਿਛਲੇ ਦਿਨੀ ਜਿਹੜਾ 15 ਮਈ ਨੂੰ ਨਾ ਜੀ ਪ੍ਰਦਰਸ਼ਨ ਕੀਤਾ ਸੀਗਾ, ਨੇ ਮਾਰਚ ਕੀਤਾ ਸੀਗਾ ਸਚਿਨ ਪਾਇਲਟ ਨੇ, ਮਾਰਚ ਵਿੱਚ ਕਿਹਾ ਸੀਗਾ ਕਿ ਸਾਡਾ ਇਹ ਇੱਕ ਸੱਤਿਆਗ੍ਰਹਿ ਵਰਗਾ ਹੀ ਮਾਮਲਾ ਹੈਗਾ, ਅਸੀਂ ਰਾਜਸਥਾਨ ਦੇ ਵਿੱਚ ਜੋ ਕਰਪਸ਼ਨ ਹੋਈ ਆ, ਜੋ ਬੀਜੇਪੀ ਨੇ ਕਰਪਸ਼ਨ ਕੀਤੀ ਆ, ਉਹਦੀ ਪੜਤਾਲ ਕਰਾਉਣਾ ਚਾਹੁੰਦੇ ਹਾਂ। ਅਤੇ ਪਰ ਪਤਾ ਨਹੀਂ ਕਿਉਂ ਸਾਡੇ ਮੁੱਖ ਮੰਤਰੀ ਸਾਹਿਬ ਇਹ ਪੜਤਾਲ ਵਾਲੇ ਪਾਸੇ ਨਹੀਂ ਜਾ ਰਹੇ। ਮੇਰੇ ਅੱਜ ਵੀ ਉੱਥੇ ਹੀ ਖੜਾ ਮੈਂ, ਜਿਹੜਾ ਮੇਰਾ ਅਲਟੀਮੇਟਮ ਹੈਗਾ, ਜਦੋਂ ਤੱਕ ਤੁਸੀਂ ਪੜਤਾਲ ਨਹੀਂ ਕਰਾਓਗੇ ਨਾ, ਜਿਹੜੀ ਉਹ ਮੁੱਖ ਮੰਤਰੀ ਹੈਗੀ ਆ ਭਾਜਪਾ ਦੀ, ਉਸ ਦੇ ਖਿਲਾਫ਼ ਪੜਤਾਲ ਕਰਾਓਗੇ, ਕਰਪਸ਼ਨ ਬਹੁਤ ਕੀਤੀ ਆ ਕਹਿੰਦੇ ਉਹਨਾਂ ਨੇ, ਉਦੋਂ ਤੱਕ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ। ਖੈਰ ਕਰਤਾ ਮੰਗ ਰਿਹਾ ਉਹ ਵਿਰੋਧੀ ਪਾਰਟੀ ਦੀ, ਕਹਿ ਰਿਹਾ ਕਿ ਵਿਰੋਧੀ ਪਾਰਟੀ ਭਾਜਪਾ ਹੈਗੀ ਹੈ ਅਤੇ ਉਹਨੇ ਕਰਪਸ਼ਨ ਕੀਤੀ ਆ, ਪੜਤਾਲ ਕਰਾ ਦੇਣੀ ਚਾਹੀਦੀ ਆ, ਕਰਾਉਣ 'ਚ ਕੀ ਹਰਜ ਆ। ਪਰ ਪਤਾ ਨਹੀਂ ਕਿਉਂ ਅਸ਼ੋਕ ਗਹਿਲੋਤ ਜਿਹੜੇ ਇੱਧਰਲੇ ਪਾਸੇ ਵਾਲੇ ਨਹੀਂ ਆ ਰਹੇ ਚਾਵਲਾ ਸਾਹਿਬ 'ਚ। ਸੁਭਾਸ਼ ਚੰਦਰ ਬੋਸ ਉਹਨਾਂ ਦਾ ਖਾਨਦਾਨ ਚੱਲਦਾ ਅਜੇ, ਉਹਦੇ ਪੜਪੋਤੇ ਨੇ, ਉਹਨਾਂ ਨੇ ਸੁਭਾਸ਼ ਚੰਦਰ ਬੋਸ, ਚੰਦਰ ਕੁਮਾਰ ਬੋਸ ਜਿਹੜਾ, ਉਹਨੇ ਇੱਕ ਇਤਰਾਜ਼ ਪ੍ਰਗਟ ਕੀਤਾ। ਇਤਰਾਜ਼ ਪ੍ਰਗਟ ਕਰਨ ਦਾ ਕਾਰਨ ਇਹ ਹੈ ਕਿ ਸਵਤੰਤਰ ਜਿਹੜੀ ਵੀਰ ਸਾਵਰਕਰ ਦੀ ਫਿਲਮ ਹੈ, ਉਹਦੇ 'ਤੇ ਇੱਕ ਟੀਜ਼ਰ 'ਤੇ ਵਿਵਾਦ ਸ਼ੁਰੂ ਹੋ ਗਿਆ। ਅਜੇ ਫਿਲਮ ਪੂਰੀ ਬਾਕੀ ਹੈ, ਟੀਜ਼ਰ 'ਤੇ ਵਿਵਾਦ ਇਸ ਕਰਕੇ, ਫਿਲਮ 'ਚ ਕਿਹਾ ਗਿਆ ਕਿ ਸੁਭਾਸ਼ ਚੰਦਰ ਬੋਸ, ਨੇਤਾ ਜੀ ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਖੁਦੀ ਰਾਮ ਬੋਸ ਵੀ ਵੀਰ ਸਾਵਰਕਰ ਦੀ ਵਿਚਾਰਧਾਰਾ ਨਾਲ ਸਹਿਮਤ ਸੀ। ਕੀ ਕਹਿਣਾ ਚਾਹੋਗੇ? ਇਹ ਚੰਦਰ ਕੁਮਾਰ ਬੋਸ ਹੈ ਜੀ ਪੜਪੋਤਾ ਸੁਭਾਸ਼ ਚੰਦਰ ਬੋਸ ਦਾ, ਅਤੇ ਇਹ ਹੁਣ ਇਸ ਫਿਲਮ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਹੜਾ ਸਾਵਰਕਰ ਹੈਗਾ ਨਾ ਜੀ, ਉਹ ਹੀਰੋ ਹੈਗਾ ਭਾਰਤ ਦਾ, ਆਜ਼ਾਦੀ ਲਈ ਉਸਨੇ ਬੜੇ ਵੱਡੇ ਕੰਮ ਕੀਤੇ ਆ, ਅੰਗਰੇਜ਼ਾਂ ਨਾਲ ਸਮਝੌਤਾ ਨਹੀਂ ਕੀਤਾ ਉਹਨੇ, ਈਵਨ ਕਿ ਉਹਦੇ ਮੌਕੇ ਦੇ ਜਿਹੜੇ ਸਮੇਂ ਦੇ ਵਿੱਚ ਸੀਗੇ ਭਗਤ ਸਿੰਘ, ਸ਼ਹੀਦ ਆਜ਼ਮ ਸਰ ਭਗਤ ਸਿੰਘ, ਉਹ ਵੀ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਸੀਗੇ। ਖੁਦੀ ਰਾਮ ਬੋਸ ਕਾਫੀ ਵੱਡਾ ਨਾਂ ਹੈਗਾ ਕ੍ਰਾਂਤੀਕਾਰੀਆਂ ਦੇ ਵਿੱਚ, ਉਹ ਵੀ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਸੀਗੇ। ਸੁਭਾਸ਼ ਚੰਦਰ ਬੋਸ ਵੀ ਉਹਦੀ ਵਿਚਾਰਧਾਰਾ ਨਾਲ ਸਹਿਮਤ ਸੀਗੇ। ਇਹ ਇਹ ਜਿਹੜੇ ਇਹੋ ਜਿਹੇ ਆਜ਼ਾਦੀ ਘੁਲਾਟੀਆਂ ਵਾਲਿਆਂ ਦਾ ਨਾਂ ਜੋੜਿਆ ਗਿਆ, ਮਿਸਟਰ ਹੁੱਡਾ ਹੈਗੇ ਨੇ ਐਕਟਰ, ਫਿਲਮ ਦੇ ਐਕਟਰ, ਉਹ ਉਹਦੇ ਵਿੱਚ ਬਣੇ ਹੋਏ ਨੇ ਸਾਵਰਕਰ, ਅਤੇ ਇਹੋ ਟੀਜ਼ਰ ਦੇ ਵਿੱਚੋਂ ਹੀ ਸਾਹਮਣੇ ਨਿਕਲੇ ਗੱਲਾਂ ਆਉਂਦੀਆਂ ਨੇ। ਜੇ ਅਜੇ ਫਿਲਮ ਤਾਂ ਪੂਰੀ ਆਉਣੀ ਆ, ਪੂਰੀ ਫਿਲਮ ਆਏਗੀ, ਉਹਦੇ ਵਿੱਚ ਕੀ ਕੁਛ ਅਜੇ ਦਿਖਾਇਆ ਗਿਆ ਹੋਏਗਾ ਇਹਨਾਂ ਨੇ, ਕਿਉਂਕਿ ਵੀਰ ਸਾਵਰਕਰ ਨੂੰ ਇਹਨਾਂ ਨੇ ਆਜ਼ਾਦੀ ਘੁਲਾਟੀਆ ਸਾਬਤ ਕਰਨਾ। ਵੀਰ ਸਾਵਰਕਰ ਉਹੀ ਹੈ ਚਾਵਲਾ ਸਾਹਿਬ ਜਿਹਦੇ ਉੱਪਰ ਇਹ ਇਲਜ਼ਾਮ ਲੱਗੇ ਸੀਗੇ ਕਿ ਇਹਨਾਂ ਨੇ ਮਹਾਤਮਾ ਗਾਂਧੀ ਨੂੰ ਮਰਾਉਣ ਵਿੱਚ ਵੀ ਰੋਲ ਨਿਭਾਇਆ, ਅਤੇ ਮਾਰਿਆ ਭਾਵੇਂ ਨੱਥੂ ਰਾਮ ਗੋਡਸੇ ਨੇ ਸੀਗਾ, ਪਰ ਵੀਰ ਸਾਵਰਕਰ ਨੇ ਮਹਾਤਮਾ ਗਾਂਧੀ ਨੂੰ, ਉਹਦੇ ਖਿਲਾਫ਼ ਕੇਸ ਦਰਜ ਵੀ ਹੋਇਆ ਸੀਗਾ, ਕਾਫੀ ਕੇਸ ਕੁਸ ਭੁਗਤੇ ਵੀ ਸੀ ਉਹਨਾਂ ਨੇ। ਅਤੇ ਪਰ ਇਹ ਜਿਹੜਾ ਹੁਣ ਗੱਲ ਇਹ ਫਿਲਮ ਆ ਰਹੀ ਆ, ਇਹ ਸਾਬਤ ਕਰਿਆ ਜਾ ਰਿਹਾ ਇਹਦੇ ਵਿੱਚ ਕਿ ਸਾਵਰਕਰ ਜਿਹੜਾ ਸੀਗਾ ਉਹ ਵੱਡਾ ਆਜ਼ਾਦੀ ਘੁਲਾਟੀਆ ਸੀਗਾ, ਅਤੇ ਜਿਹੜਾ ਸੁਭਾਸ਼ ਚੰਦਰ ਬੋਸ ਦਾ ਪੋਤਾ ਹੈਗਾ ਉਹ ਇਸ ਨੂੰ ਡਿਨਾਈ ਕਰਦਾ ਅਤੇ ਇਹਦੀ ਆਲੋਚਨਾ ਕਰਦਾ। ਇਹ ਫਿਲਮ ਆਉਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈ ਹੈ ਚਾਵਲਾ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਕੀਤਾ ਸਾਹਿਬ, ਧੰਨਵਾਦ। ਧੰਨਵਾਦ ਚਾਵਲਾ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।